ਇਹ ਬੜਾ ਅਜੀਬੋ ਗਰੀਬ ਜਿਹਾ ਮੈਨੂੰ ਕੁੰਡਾ ਨਜ਼ਰ ਆਇਆ, ਠੀਕ ਹੈ। ਇਹਦੇ ਨਾਲ ਕੋਈ ਵੈਲਡਿੰਗ ਸ਼ੈਲਡਿੰਗ ਨਹੀਂ ਹੋਈ, ਇਹ ਵੈਲਡਿੰਗ ਨਹੀਂ ਹੋਈ। ਸਾਡਾ ਮਕਾਨ ਹੈ, ਇਹਦੇ 'ਚ ਪਤਾ ਨਹੀਂ ਕੀ ਸ਼ੈ ਵੇ, ਅਤੇ ਮੇਰੇ ਭੈਣ ਦਾ ਬੇਟਾ ਫੌਤ ਹੋਇਆ, ਫਿਰ ਮੇਰੀ ਭਰਜਾਈ ਦਾ ਮੇਰੇ ਬੇਟੇ ਦਾ ਬੇਟਾ ਫੌਤ ਹੋਇਆ, ਮੇਰੇ ਇੱਕ ਬੇਟੇ ਦੇ ਦੋ ਬੇਟੇ ਫੌਤ ਹੋਏ ਨੇ। ਮਕਾਨ ਇੰਨਾ ਕੋਈ ਸ਼ੈ ਵੇ ਉਹਦੇ 'ਚ ਪੁਰਾਣੇ ਮਕਾਨ ਹੈ ਜਿਵੇਂ ਹਲੇ ਵੀ ਰਹਿ ਰਹੇ ਵਿੱਚ, ਅਸੀਂ ਉਹਦੇ 'ਚ ਰਹਿੰਦੇ। ਤੁਹਾਨੂੰ ਡਰ ਨਹੀਂ ਲੱਗਦਾ? ਨਹੀਂ, ਮੈਂ ਹੁਣ ਇਕੱਲਾ ਹੀ ਰਹਿੰਦਾ, ਬਾਕੀ ਬੇਟਾ ਮੇਰਾ ਅੱਡੇ 'ਤੇ ਚਲਾ। ਅਤੇ ਤੁਹਾਡੇ ਬਜ਼ੁਰਗ ਕਿੱਥੋਂ ਵੈਸੇ ਆਏ ਸਨ, ਕਿਹੜੇ ਸ਼ਹਿਰ 'ਚੋਂ? ਅਸੀਂ ਜ਼ਿਲ੍ਹਾ ਕਾਂਗੜਾ। ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼। ਅੱਛਾ, ਲਓ ਜੀ, ਉਂਝ ਉਦੋਂ ਬਾਜ਼ਾਰ ਵਿੱਚ ਰੌਣਕ ਹੈ ਸੀ, ਹਲੇ ਪੁਰਾਣੀ ਬੜੀ ਰੌਣਕ ਸੀ, ਇਹ ਇਸ ਤਰ੍ਹਾਂ ਵਗੈਰਾ ਨਹੀਂ। ਨਮਸਤੇ ਵਗੈਰਾ ਵਗੈਰਾ ਇਹ ਪਿੱਛੇ ਭਾਈ ਨੂੰ ਮੋਟਰਸਾਈਕਲ ਪਿੱਛੇ ਹੋਣਾ ਉੱਥੋਂ ਲਵੋ ਦੋ ਮਿੰਟ। ਅੱਛਾ, ਤੇ ਇਹ ਦੁਕਾਨਾਂ ਨੇ ਜੀ ਦੋ, ਇਹ ਮੇਰਾ ਖਿਆਲ ਉਸ ਦੌਰ ਦੇ 'ਚ ਇੱਕ ਹੀ ਮਾਲਕ ਦੀਆਂ ਹੋਣਗੀਆਂ ਜਿਹੜਾ ਵੀ ਇਹਦਾ ਹੋਏਗਾ। ਅੱਛਾ ਦੋਸਤੋ, ਹਲੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਮਜ਼ੀਦ ਪੁਰਾਣੀਆਂ ਦੁਕਾਨਾਂ ਜਿਹੜੀਆਂ ਦੇ 'ਚ ਕਾਰੋਬਾਰ ਹੋ ਰਿਹਾ, ਔਰ ਜਾਂ ਉਹ ਥੋੜ੍ਹੀਆਂ ਜਿਹੀਆਂ ਇਸ ਕਾਬਲ ਹੋ ਗਈਆਂ ਕਿ ਕਾਰੋਬਾਰ ਨਹੀਂ ਹੋ ਰਿਹਾ। ਇਹ ਦੇਖੋ, ਇਹ ਤੁਹਾਨੂੰ ਦਿਖਾ ਲਾ ਪਹਿਲਾਂ, ਇਹ ਦੇਖੋ ਇਹ ਦੁਕਾਨ ਹੈ, ਠੀਕ ਹੈ ਨਾ। ਇਹ ਬੜਾ ਅਜੀਬੋ ਗਰੀਬ ਜਿਹਾ ਮੈਨੂੰ ਕੁੰਡਾ ਨਜ਼ਰ ਆਇਆ, ਠੀਕ ਹੈ। ਇਹਦੇ ਨਾਲ ਕੋਈ ਵੈਲਡਿੰਗ ਸ਼ੈਲਡਿੰਗ ਨਹੀਂ ਹੋਈ, ਇਹ ਵੈਲਡਿੰਗ ਨਹੀਂ ਹੋਈ। ਇਹ ਜਿਹੜਾ ਲੱਗਿਆ ਇਹਨੂੰ ਕੁੰਡੇ ਨੂੰ ਜੋੜ, ਇਹ ਵੀ ਸਾਰਾ ਉਹਦੇ ਨਾਲ ਕਿੱਲਾਂ ਦੇ ਨਾਲ ਲੱਗਿਆ। ਇਹ ਜਿਹੜਾ ਵਿੱਚ ਸਰੀਆ, ਇਹ ਵੀ ਜਨਾਬ ਬਿਲਕੁਲ ਕੋਈ ਵੈਲਡ ਕੋਈ ਜੁਆਇੰਟ ਨਹੀਂ ਲੱਗਾ, ਠੀਕ ਹੈ। ਇਹ ਪੁਰਾਣੇ ਜ਼ਮਾਨੇ ਦਾ ਕੁੰਡਾ, ਬਹੁਤ ਹੀ ਮੈਨੂੰ ਯੂਨੀਕ ਜਿਹਾ ਲੱਗਾ ਹੈ, ਅਸਲੀ ਹਾਲਤ 'ਚ ਮੌਜੂਦ ਹੈ, ਜਾਂਦਰਾ ਨਵਾਂ ਹੈ। ਅਤੇ ਇਹ ਜਨਾਬ ਇਹਦੇ ਨਾਲ ਦੁਕਾਨ ਇੱਕ ਇੱਧਰ ਵੀ ਹੈਗੀ ਹੈ। ਚਾਚਾ ਜੀ ਕੀ ਹਾਲ ਹੈ? ਅਤੇ ਇਹ ਵੀ ਮਾਸ਼ਾਅੱਲਾ ਬਹੁਤ ਅੱਛੀ ਹਾਲਤ ਹੈ ਜੀ, ਖੈਰ ਸ਼ੁਕਰ ਅੱਲਾ ਤੇ ਜਜ਼ਾਕ ਅੱਲਾ, ਸਭ ਕੁਛ ਹੋ ਗਿਆ ਤੁਹਾਡਾ ਕਿ ਤੁਸੀਂ ਸਾਡੇ ਬਜ਼ੁਰਗ। ਅੱਛਾ, ਇਹ ਜਨਾਬ ਉੱਤੇ ਦੁਕਾਨ ਹੈ, ਅੱਛਾ। ਤੇ ਇਹ ਦੁਕਾਨਾਂ ਨੇ ਜੀ ਦੋ, ਇਹ ਮੇਰਾ ਖਿਆਲ ਉਸ ਦੌਰ ਦੇ 'ਚ ਇੱਕ ਹੀ ਮਾਲਕ ਦੀਆਂ ਹੋਣਗੀਆਂ ਜਿਹੜਾ ਵੀ ਇਹਦਾ ਹੋਏਗਾ। ਚੂੜ ਮੁੰਡੇ ਦਾ? ਚੂੜ ਮੁੰਡਾ ਪਿੰਡ ਸੈਫਲ। ਅੱਛਾ ਅੱਛਾ, ਦੱਸੋ ਨਾ ਸਾਨੂੰ ਥੋੜ੍ਹਾ ਜਿਹਾ ਕਿਤੇ ਕਾਲੇ ਦੇ ਵਿੱਚ ਇਹਦੇ ਬਾਰੇ ਤੁਸੀਂ ਕੀ ਜਾਣਦੇ ਹੋ? ਉੱਤੇ ਲਿਖਿਆ ਉਹਨਾਂ ਦਾ ਨਾਂ ਲਿਖਿਆ, ਮਗਰ ਹੁਣ ਮਿਟ ਗਿਆ, ਅਤੇ ਚੂੜ ਮੁੰਡੇ ਦੇ ਰਹਿਣ ਵਾਲੇ ਦੋ ਸਿੱਖ ਸਨ। ਅੱਛਾ, ਦੋ ਭਰਾ ਸਨ, ਤੇ ਦੋਵਾਂ ਨੇ ਦੁਕਾਨ ਆਪਣੀ ਵਾਂਸਾਲਾ ਬਾਜ਼ਾਰ ਸੀ, ਬਿਲਕੁਲ ਲੰਮੀਆਂ ਲੰਮੀਆਂ ਤੇ ਵਾਂਸ ਹੁੰਦੇ ਸੀ। ਅੱਛਾ ਅੱਛਾ ਅੱਛਾ, ਇਹ ਵਾਂਸਾਲਾ ਬਾਜ਼ਾਰ ਸੀ। ਤੇ ਇਹ ਤੁਹਾਡੇ ਕੋਲ ਦੁਕਾਨ ਹੈਗੀ ਹੈ, ਤੇ ਉਂਝ ਤੁਹਾਨੂੰ ਲੱਗਦਾ ਹੈ ਕਿ ਮਤਲਬ ਇਹ ਅੱਜ ਵੀ ਇਸ ਕਾਬਲ ਹੈ ਕਿ ਨਵੀਆਂ ਨਾਲੋਂ ਬਿਹਤਰ ਹੈ? ਹਾਂ, ਨਵੀਆਂ ਬਿਹਤਰ ਹੈ, ਕਿਉਂਕਿ ਇਹ ਬੜਾ ਅੱਛਾ ਮਟੀਰੀਅਲ ਇਸਤੇਮਾਲ ਹੋਇਆ, ਟੇਪ ਲਾਈ ਹੈ ਤੇ ਗਾਰੇ ਦੀ ਚਨਾਈ ਹੈ ਤੇ ਉੱਤੇ ਟੇਪ ਕੀਤੀ ਹੈ। ਤੁਸੀਂ ਇਹਦੇ ਵਿੱਚ ਬਾਂਸਾਂ ਦੀ ਦੁਕਾਨ ਹੁੰਦੀ ਸੀ? ਪਹਿਲੇ ਬਾਂਸਾਂ ਦੀਆਂ ਦੁਕਾਨਾਂ ਸੀ। ਠੀਕ ਹੋ ਗਿਆ, ਠੀਕ ਹੋ ਗਿਆ। ਤੇ ਤੁਹਾਡੇ ਬਜ਼ੁਰਗ ਕਿੱਥੋਂ ਵੈਸੇ ਆਏ ਸਨ, ਕਿਹੜੇ ਸ਼ਹਿਰ ਚੋਂ? ਅਸੀਂ ਜ਼ਿਲ੍ਹਾ ਕਾਂਗੜਾ। ਜ਼ਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼। ਅੱਛਾ, ਲਓ ਜੀ, ਅਸੀਂ ਇੱਥੋਂ ਆਏ ਹਾਂ ਜੀ, ਤੇ ਸਾਨੂੰ 52 'ਚ ਆਏ ਸਾਂ ਅਸੀਂ ਇੱਥੇ। ਪਹਿਲਾਂ ਕਿੱਥੇ ਆਏ ਸੋ? ਪਹਿਲੇ ਆਏ ਸਾਂ ਰਈਏ। ਰਈਆ? ਰਈਏ ਤੋਂ ਬਾਅਦ ਇੱਥੇ ਆਏ। ਉਸ ਦਿਨ ਤੁਸੀਂ ਇੱਥੇ ਹੀ? ਤੇ ਤੁਸੀਂ ਤਾਂ ਫਿਰ ਸਾਰਾ ਆਪਣੀ ਹੱਥੀ ਬਚਪਨ ਇੱਥੇ ਤੁਹਾਡਾ ਗੁਜ਼ਰਿਆ ਹੋਣਾ? ਤੇ ਉਂਝ ਉਦੋਂ ਬਾਜ਼ਾਰ ਵਿੱਚ ਰੌਣਕ ਹੈ ਸੀ, ਹਲੇ ਪੁਰਾਣੀ ਬੜੀ ਰੌਣਕ ਸੀ, ਇਹ ਇਸ ਤਰ੍ਹਾਂ ਵਗੈਰਾ ਨਹੀਂ ਬਣਿਆ ਹੈ ਜੀ ਜੀ, ਤੇ ਸਿਰਫ ਇੱਕੋ ਹੀ ਰੋਡ ਹੁੰਦਾ ਸੀ, ਡਸਕਾ, ਬੱਸਾਂ ਆਉਂਦੀਆਂ ਹਨ ਉੱਥੋਂ, ਬਿਲਕੁਲ ਠੀਕ। ਤੇ ਅਸੀਂ ਲੋਰ ਆਉਣਾ ਨਾ ਕਿਸੇ ਵੇਲੇ, ਤੇ ਡਸਕੇ ਇੱਥੇ ਪਸਰੂਰ ਤਰ੍ਹਾਂ ਡਸਕੇ ਤਾਂ ਨਹੀਂ ਜੀ, ਹੁਣ ਤਾਂ ਇਸ ਤਰ੍ਹਾਂ ਆ ਗਿਆ ਹੈ, ਤੇ ਜਗ੍ਹਾ ਜਗ੍ਹਾ ਡਸਕਾ ਰੋਡ, ਫਿਰ ਇਸ ਵਾਸਤੇ ਇੱਥੋਂ ਜਿਹੜੇ ਹੈ ਸਨ ਸ਼ੇਖ ਉਹ ਛੱਡ ਕੇ ਚਲੇ ਗਏ ਨੇ ਇੱਥੋਂ, ਬਦੋ ਮੰਡੀ ਤੱਕ ਇੱਥੋਂ ਸੌਦਾ ਲੈਣ ਆਉਂਦੇ ਹਨ। ਅੱਛਾ 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 ਅੱਛਾ, ਇਹ ਪ੍ਰਚੂਨ ਦਾ ਸਮਾਨ ਜਿਹੜਾ ਨਾ, ਹਾਂਜੀ, ਸਾਰੇ ਬਦੋ ਮੱਲੀ ਸਤਰਾ ਤੱਕ ਇੱਥੋਂ ਘੋੜਿਆਂ 'ਤੇ ਮਾਲ ਲੈ ਕੇ ਜਾਂਦੇ ਹਨ, ਅਤੇ ਸਤਰਾ ਜਿਹੜਾ ਨਾ ਉੱਥੇ ਅੱਠ ਨੇ ਬੋਰੀ ਲੈਂਦੇ ਹਨ ਘੋੜਿਆਂ ਵਾਲੇ, 3 ਬੋਰੀਆਂ ਲੈ ਕੇ ਜਾਣੀਆਂ ਤਾਂ 1.5 ਰੁਪਈਆ ਉਹਨਾਂ ਨੇ ਕਮਾਉਣਾ ਸ਼ਾਮ ਨੂੰ, ਮਜ਼ਦੂਰੀ ਮਜ਼ਦੂਰੀ। ਅਤੇ ਹੁਣ ਵੇਖ ਲਓ ਕਿ ਕਿੱਥੇ ਪਹੁੰਚ ਗਿਆ ਕੰਮ। ਅਤੇ ਚੂੜ ਮੁੰਡਾ ਵੀ ਆਉਂਦੇ ਨੇ, ਬੜੇ ਅਮੀਰ ਤਰੀਨ ਖੱਤਰੀ ਦੇ ਸਨ, ਬਹੁਤ ਬਹੁਤ, ਉੱਥੇ ਬੜਾ ਮਾਲ ਨਿਕਲਦਾ, ਮਾਰਦਾ ਢਾਂਦੇ ਨੇ, ਸੋਨਾ ਨਿਕਲਦਾ, ਬੜਾ ਕੁਛ ਨਿਕਲਦਾ ਇੱਥੇ ਵੀ, ਹਲੇ ਬੜੇ ਘਰ ਹੈਗੇ ਲੋਕਾਂ ਦੇ, ਇੱਥੇ ਵੀ ਨਿਕਲੇ ਆ, ਮੇਰੇ ਭਰਾ ਰਾਜਗੀਰੀ ਦਾ ਕੰਮ ਕਰਦਾ ਹੈ ਚੌਂਕ ਦੇ ਨਾਲ ਘਰ ਹੈ, ਸਾਡੀ ਭੈਣ ਹੀ ਲੱਗਦੀ ਮਾਮੇ 'ਤੇ, ਉਹ ਤਾਂ ਆਇਆ ਉੱਥੋਂ ਡੇਗ ਨਿਕਲੀ, ਵਾਪਸ ਘਰ ਜੇ ਘੁੰਮਣ ਕਰਾ ਕੇ ਲਈ ਨਾ, ਤੁਹਾਡੀ ਆਪਣੀ ਮਲਕੀ ਸੀ? ਨਹੀਂ ਨਹੀਂ, ਉਹਨਾਂ ਦੀ, ਸਾਡੀ ਭੈਣ ਉਹਨਾਂ ਲਈ, ਮਗਰ ਭਰਾ ਮੇਰੇ ਨੇ ਜਿਹਨੇ ਕੱਢੀ ਹੈ ਨਾ ਉਹਦਾ ਬੇਟਾ ਮਰ ਗਿਆ। ਅੱਛਾ, ਉਹ ਜਦੋਂ ਵੀ ਲੋਨ ਤੋਂ ਬੜੀ ਮੰਗਦੀ ਹੈ, ਵੈਸੇ ਮੈਂ ਅੱਗੇ ਵੀ ਸੁਣਿਆ ਇਹ ਬਲੀ ਮੰਗਦੀ, ਤਾਂ ਬਲੀ ਬੇਟੇ ਦੀ ਬਲੀ। ਅੱਛਾ ਅੱਛਾ, ਕਿਉਂ ਜੀ ਉਹਨਾਂ ਨੇ ਫਿਰ ਇਸ ਗੱਲ ਨੂੰ ਫੀਲ ਕੀਤਾ? ਸਾਡਾ ਮਕਾਨ ਹੈ, ਇਹਦੇ 'ਚ ਪਤਾ ਨਹੀਂ ਕੀ ਸ਼ੈ ਵੇ, ਅਤੇ ਮੇਰੇ ਭੈਣ ਦਾ ਬੇਟਾ ਫੌਤ ਹੋਇਆ, ਫਿਰ ਮੇਰੀ ਭਰਜਾਈ ਦਾ ਮੇਰੇ ਬੇਟੇ ਦਾ ਬੇਟਾ ਫੌਤ ਹੋਇਆ, ਮੇਰੇ ਇੱਕ ਬੇਟੇ ਦੇ ਦੋ ਬੇਟੇ ਫੌਤ ਹੋਏ ਨੇ, ਮਕਾਨ ਇੰਨਾ ਕੋਈ ਸ਼ੈ ਵੇ ਉਹਦੇ 'ਚ, ਪੁਰਾਣੇ ਮਕਾਨ ਹੈ ਜਿਵੇਂ ਹਲੇ ਵੀ ਰਹਿ ਰਹੇ ਵਿੱਚ, ਅਸੀਂ ਉਹਦੇ 'ਚ ਰਹਿੰਦੇ। ਤੁਹਾਨੂੰ ਡਰ ਨਹੀਂ ਲੱਗਦਾ? ਨਹੀਂ, ਮੈਂ ਹੁਣ ਇਕੱਲਾ ਹੀ ਰਹਿੰਦਾ, ਬਾਕੀ ਬੇਟਾ ਮੇਰਾ ਅੱਡੇ 'ਤੇ ਚਲਾ ਗਿਆ। ਅੱਛਾ, ਤੁਹਾਡਾ ਮਤਲਬ ਹੈ ਕਿ ਉਹ ਜਿਹੜੇ ਘਰ ਸਨ ਪਤਾ ਨਹੀਂ ਕੀ ਵਿੱਚ ਫੋਤਗੀਆਂ ਬੜੀਆਂ ਹੋਈਆਂ, ਇਹਨਾਂ ਨੂੰ ਪਤਾ ਹੈ, ਇਹ ਜਿਹੜੇ ਸ਼ਾਹ ਨਹੀਂ ਬੈਠੇ, ਆਹੋ ਇਹਨਾਂ ਨੂੰ ਪਤਾ ਹੈ, ਬਿਲਕੁਲ ਸਹੀ ਹੋ ਗਿਆ। ਲਓ ਜੀ ਦੋਸਤੋ, ਇਹ ਦੇਖੋ ਇਹ ਦੁਕਾਨ ਹੈ, ਇਹਦੇ ਅੰਦਰ ਜਾ ਕੇ ਤੁਹਾਨੂੰ ਦਿਖਾ ਲੈਂਦੇ ਹਾਂ। ਓਏ ਹੋਏ ਹੋਏ,
ਬਹੁਤ ਹੀ ਜ਼ਬਰਦਸਤ ਖੁੱਲੀ ਦੁਕਾਨ ਤੇ ਇੱਥੇ ਜਨਾਬ ਕੀ ਹਾਲ ਬਾਤ ਇਹ ਇਹ ਦੇਖੋ ਤੁਸੀਂ ਦਰਵਾਜ਼ੇ ਤੁਹਾਡੀ ਦੁਕਾਨ ਦਾ ਕੀ ਬਾਤ ਕਰ ਰਹੇ ਆ ਦੋਸਤ ਤੁਹਾਡੇ ਵਾਲ ਵੀ ਆਏਗਾ ਖੱਤਰੀਆਂ ਦੀਆਂ ਬਣਾਈਆਂ ਦੁਕਾਨਾਂ ਖੱਤਰੀ ਬਹੁਤ ਅਮੀਰ ਤਰੀਨ ਹਿੰਦੂ ਹੁੰਦੇ ਸਨ ਕਾਰੋਬਾਰੀ ਲੋਕ ਹੁੰਦੇ ਸਨ ਉਹਨਾਂ ਨੂੰ ਖੱਤਰੀ ਕਿਹਾ ਜਾਂਦਾ ਸੀ ਅਤੇ ਇਹ ਕੁੰਡੇ ਬਣਾਉਣੇ ਲੱਗੇ ਜਿਨ੍ਹਾਂ ਦੇ ਨਾਲ ਪੁਰਾਣੀਆਂ ਯਾਦਾਂ ਜੁੜੀਆਂ ਨੇ ਬਜ਼ੁਰਗਾਂ ਦੀਆਂ ਇਹ ਕੁਛ ਦੋਸਤ ਅੰਦਰ ਬੈਠੇ ਨੇ ਇਹ ਦੇਖੋ ਕਿੰਨਾ ਵੱਡਾ ਜਿਹੜਾ ਨਾ ਬਹਿਣ ਲਈ ਏਰੀਆ ਹੈਗਾ ਚੌੜੀ ਦੀਵਾਰ ਅਤੇ ਇਹਦੇ ਬੈਕ ਸਾਈਡ ਤੁਹਾਨੂੰ ਦਿਖਾ ਲਿਆ ਲੰਮੀ ਦੁਕਾਨ 45 ਫੁੱਟ ਲੰਮੀ ਅਤੇ ਖੰਡਰ ਬਣ ਚੁੱਕੀ ਹੈ ਉਹ ਹੋਇਆ ਸਟੋਰ ਖੱਤਰੀ ਫੈਮਿਲੀ ਜਿੱਥੇ ਆਪਣਾ ਦੁਕਾਨ ਦਾ ਐਕਸਟਰਾ ਸਮਾਨ ਰੱਖ ਦਿੰਦੀ ਸੀ ਸਟੋਰ ਇਹ ਆ ਗਿਆ ਸੀ ਉੱਥੇ ਇਹ ਜਨਾਬ ਬੜਾ ਕੁਝ ਇੱਥੇ ਪਿਆ ਹੈ ਅੰਧੇਰਾ ਬਹੁਤ ਜ਼ਿਆਦਾ ਹੈ ਅਤੇ ਮੈਂ ਇਹਦੀ ਆਰਜ਼ੀ ਰੋਸ਼ਨੀ ਮੋਬਾਈਲ ਦੀ ਜਿਹੜੀ ਉਹ ਚਲਾ ਕੇ ਤੁਹਾਨੂੰ ਕੋਸ਼ਿਸ਼ ਕਰ ਰਿਹਾ ਕਿ ਕੁਛ ਨਾ ਕੁਛ ਮੈਂ ਤੁਹਾਨੂੰ ਦਿਖਾ ਸਕਾਂ ਇਹ ਦੇਖੋ ਕਿੰਨੀ ਲੰਮੀ ਦੁਕਾਨ ਹੈਗੀ ਹੈ ਯਾਦਾਂ ਵਾਹ ਜੀ ਵਾਹ ਇਹ ਦੇਖੋ ਕਿੰਨੀ ਚੌੜੀ ਦੀਵਾਰ ਹੈ ਚਲੇ ਇਸ ਤੋਂ ਪਰਾਂ ਵੀ ਦੀਵਾਰ ਹੈ ਵਾਹ ਜੀ ਵਾਹ ਇਹ ਜਦੋਂ ਦੁਕਾਨਾਂ ਲੋਕ ਢਾਂਦੇ ਨੇ ਤਾਂ ਇੰਨਾ ਕੋਈ ਮਲਬਾ ਨਿਕਲਦਾ ਕਿ ਨਵੀਆਂ ਇੱਟਾਂ ਲੈਣ ਦੀ ਜ਼ਰੂਰਤ ਨਹੀਂ ਰਹਿੰਦੀ ਇਹ ਦੇਖੋ ਕੁੰਡਾ 47 ਦਾ ਵੱਜਾ ਕੁੰਡਾ ਕਿਆ ਬਾਤ ਦੋਸਤੋ ਯਾਦਾਂ ਹੀ ਰਹਿ ਗਈਆਂ ਮੇਰੀ ਕੋਸ਼ਿਸ਼ ਸੀ ਕਿ ਤੁਹਾਨੂੰ ਮੈਂ ਪੁਰਾਣੀਆਂ ਜਿਹੜੀਆਂ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਨੇ ਉਬਾਲਾਂ ਇਹ ਹੁਣ ਤੁਸੀਂ ਦੱਸ ਰਿਹਾ ਕਿ ਵੀਡੀਓ ਤੁਹਾਨੂੰ ਕੈਸੀ ਲੱਗੀ ਨਵੀਂ ਵੀਡੀਓ ਦੇ ਨਾਲ ਦੁਬਾਰਾ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ ਜਿਹਦੇ ਵਿੱਚ ਮਜ਼ੀਦ ਤੁਹਾਨੂੰ ਨਵੀਆਂ ਚੀਜ਼ਾਂ ਬਹਾਲਾਂਗਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਔਰੰਗਜ਼ੇਬ ਨੂੰ ਇਜਾਜ਼ਤ ਦਿਓ ਅੱਲਾ ਹਾਫਿਜ਼